ਕਲਯੁਗ ਪੂਰਾ ਚੜ ਗਿਆ ਜੋਰਾਂ ਤੇ, ਸ਼ੱਕ ਨਹੀਂ ਕੋਈ ਕਰਦਾ ਇੱਥੇ ਠੱਗਾ ਜੋਰਾਂ ਤੇ, ਪਰ ਦਸਾਂ ਨਾ ਹੁੰਦੀ ਕਰਨ ਵਾਲੇ ਤਾਂ ਭੁੱਖੇ ਮਰਦੇ ਨੇ। ਉਹ ਬਿਗੜੀ ਨਾਰ ਤੇ ਫੁਕਰੇ ਯਾਰ ਤਾਂ ਹੀ ਤਾਂ ਕਰਦੇ, ਜਿਹੜੇ ਦਸਾਂ ਨਾ ਹੁੰਦੀ ਕਰਕੇ ਖਾਂਦੇ ਉਹਨਾਂ ਨੂੰ ਕਦੇ ਹਾਰ ਨਹੀਂ ਆਉਂਦੀ। ਸੁਲਾ ਰਾਜੂ ਸਾਉਣ ਦਾ ਬਹੁਤ ਧੰਨਵਾਦ। ਇਹ ਨੌ ਕਾਹਦੇ ਨੇ ਲਿਖਿਆ, ਕਿਤੇ ਵੀ ਨੀ ਲਿਖਿਆ ਨੌ ਤੇਰਾ, ਲੱਗਦਾ ਮੰਕੇ ਲੱਗਦੀ ਹੈ, ਪਹਿਲੇ ਪਤਾ ਮੈਨੂੰ ਆਪ ਦੀ ਬਣਾ ਲਾ, ਹੁਣ ਅਗਲਾ ਸੀਜ਼ਨ ਆਪਾਂ ਤੇਰੇ ਨਾਲ ਲਾਉਣਾ। ਹੱਥ ਤਾਰਿਆਂ ਨੂੰ ਪਾਇਆ ਨਹੀਂ ਉਹ ਜਾਣਾ, ਹੱਥ ਤਾਰਿਆਂ ਨੂੰ ਪਾਇਆ ਨਹੀਂ ਉਹ ਜਾਣਾ, ਨੀ ਚੜ ਕੇ ਚਵਾਰਿਆਂ ਤੇ ਉਹ ਡੂੰਘੇ ਪਾਣੀਆਂ ਦਾ ਪਤਾ ਨਹੀਂ ਉਹ ਲੱਗਦਾ, ਨੀ ਖੜ ਕੇ ਕਿਨਾਰਿਆਂ ਉਹ ਡੂੰਘੇ ਪਾਣੀਆਂ ਦਾ ਪਤਾ ਨਹੀਂ ਉਹ ਲੱਗਦਾ, ਨੀ ਖੜ ਕੇ ਕਿਨਾਰਿਆਂ। ਇਹ ਹੁੰਦਾ ਕਈ ਵਾਰ ਮਨ ਦੇ ਵਿੱਚ ਭੁਲੇਖਾ ਹੁੰਦਾ ਵੀ ਦੁਨੀਆਂ ਵਿੱਚ ਮੈਂ ਹੀ ਵੱਡਾ, ਪਰ ਨਾ ਪਰੇ ਤੋਂ ਪਰੇ ਪਈ ਆ, ਜੁਆਰੇ ਤੇ ਚੜ ਕੇ ਕਿਤੇ ਆਕਾਸ਼ ਨੂੰ ਹੱਥ ਨਹੀਂ ਲੱਗਦਾ, ਇਸ ਕਰਕੇ ਰੱਬ ਦੀ ਰਜਾ 'ਚ ਰਹਿਣਾ ਚਾਹੀਦਾ। ਸੁਣੋ, ਅੱਗ ਹਮੇਸ਼ਾ ਉੱਤੇ ਨੂੰ ਵੜਦੀ ਆ, ਅੱਗ ਹਮੇਸ਼ਾ ਉੱਤੇ ਨੂੰ ਵੜਦੀ ਆ, ਤੇ ਉਹਦਾ ਹਾਲ ਕੀ ਹੁੰਦਾ ਸਾਰੇ ਜਾਣਦੇ ਕਿ ਬਾਅਦ 'ਚ ਸਵਾਹ ਬਣਦੀ। ਜਦੋਂ ਅੱਖ ਥੱਲੇ ਨੂੰ ਦੇਖਦੀ ਆ ਤੇ ਧਰਤੀ ਥੋੜ੍ਹੀ ਜਿਹੀ ਦਿਖਦੀ ਆ, ਤੇ ਜਦੋਂ ਅਸਮਾਨ ਵੱਲ ਦੇਖਦੀ ਆ ਅਸਮਾਨ ਬਹੁਤ ਵੱਡਾ ਦਿਖਦਾ, ਇਸ ਕਰਕੇ ਅਸਮਾਨ ਤੇ ਜਿੱਤ ਨਹੀਂ ਪੈਦਾ ਹੋਣੀ, ਇਹ ਸੱਚਾਈ ਆ। ਸੁਣੋ ਲੋਕਾਂ ਦੀਆਂ ਕਈਆਂ ਗੱਲਾਂ, ਸਿਆਣੇ ਦੀਆਂ ਕਈਆਂ ਗੱਲਾਂ, ਘੋੜੀ ਮੈਨੂੰ ਲੱਗਦਾ ਆਪਣੇ ਲਈ ਆ ਗਈ ਆ, ਆਇਓ ਰੱਬਾ ਕਿਤੇ ਆਪਣੇ ਮੌਕੇ ਇਹ ਹੁੰਦੀ, ਮੈਂ ਤਾਂ ਤਿੰਨ ਵਾਰ ਚੜ੍ਹਦਾ ਤੇ ਅੱਜ ਕੱਲ ਮਿੱਤਰੋ ਕਲ ਯੁੱਗ ਪੂਰਾ ਚੜ ਗਿਆ, ਕਰਦਾ ਨੀ ਕੋਈ ਹੁਣ ਤਾਂ ਚੱਡਦੇ, ਹੁਣ ਤਾਂ ਚੱਡਦੇ ਜੰਮੇ ਵੀ ਆਖਰ ਨੂੰ ਜਿੰਦੇ ਨੀ ਚੋਰੀ, ਹੁਣ ਤਾਂ ਚੱਡਦੇ ਜੰਮੇ ਵੀ ਆਖਰ ਨੂੰ ਜਿੰਦੇ ਨੀ ਚੋਰੀ। ਮਾਪਿਆਂ
ਘੋੜੀ ਵਾਲੇ ਭਰਾ ਦਾ ਬਹੁਤ ਧੰਨਵਾਦ ਬਾਈ। ਮੈਨੂੰ ਲੱਗਦਾ ਘੋੜੀ ਨੇ ਸਾਡੇ ਗੀਤ ਨਹੀਂ ਸੁਣੇ, ਇਹ ਪਤਾ ਕਿਹਦੇ ਲੱਗੀ ਹੈ ਨੱਚਣ। ਤੂੰ ਨੀ ਬੋਲਦੀ ਰੱਖਾਂ ਨੇ, ਤੂੰ ਨੀ ਬੋਲਦੀ ਤੇਰੀ ਜਤੇਰਾ ਯਾਰ ਬੋਲਦਾ। ਰੋਟੀ ਕੋਈ ਨੀ ਰੱਜ ਕੇ ਖਾਂਦਾ, ਇਹਦਾ ਮਤਲਬ ਇਹ ਨੀ ਵੀ ਗਰੀਬੀ ਆ ਗਈ ਜਾਂ ਕਣਕ ਮੁੱਕ ਗਈ ਨਾ। ਸਵੇਰੇ ਉੱਠ ਕੇ ਪਹਿਲਾਂ ਵੱਡਾ ਢਿੱਡ ਦੇਖਦੇ ਹੋਏ ਇਹਦਾ ਢਿੱਡ ਦਾ ਨੀ ਵੱਧ ਗਿਆ। ਉਹ ਵੀ ਟਾਈਮ ਹੁੰਦਾ ਸੀ ਘਰ ਦੇ ਵਿੱਚ ਲੰਬੜਦਾਰੀ ਉਹਨੂੰ ਦਿੰਦੇ ਸੀ ਜਿਹਦੀ ਸਿਹਤ ਭਾਰੀ ਹੁੰਦੀ ਸੀ। ਅੱਜ ਕੱਲ੍ਹ ਤਾਂ 40 ਕਿਲੋ ਤੋਂ ਵੱਧ ਕੋਈ ਬੱਚਾ ਹੈ ਨੀ।